हुण तां साडे बच्चियां नूं रिश्ता भी कोई नहीं करदा, लड़की दा करना आ ते लोक कहिंदे वी इहनां देणा कुछ नहीं। हालात तां इहदों भी ज़्यादा बदतर हो जाणे। बाकी कोई वेख लो जी, पशुआं तो गुजारा चलता, दुध तो वेच लिया, जां कोई छोटी मोटी नौकरी दे कर ली शहर जाके, बस ऐ गुजारा चलता जी। लागे कोई ना कोई फैक्ट्री है, ना कोई कुछ लैन नहीं देख है नहीं जी, ना इतने कोई बिना जा सकता कोई, ला 15-20 किलोमीटर साढ़े शहर है। मैनू ਖਲਾਈ ਸਹੀ ਹੁੰਦੀ ਅਤੇ ਹੋ ਸਕਦਾ ਸੀ ਕੋਈ ਸਾਡੀ ਬਚਤ ਹੁੰਦੀ ਫਸਲਾਂ ਦੇ ਵਿੱਚ। ਅਤੇ ਤਾਂ ਸਾਰਿਆਂ ਨੂੰ ਪਤਾ ਮੁਕਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਰੱਤੇਗੜ੍ਹ ਤੋਂ ਤਕਰੀਬਨ ਹੀ ਫਸਲਾਂ ਮਰਦੀਆਂ ਹੀ ਹੈ ਜੀ। ਅਜੇ ਤੱਕ ਸਾਨੂੰ ਕੋਈ ਵੀ ਮਤਲਬ ਨਾ ਮੁਆਵਜ਼ਾ ਜਾਂ ਕੋਈ ਵੀ ਕਿਸੇ ਪਾਸੋਂ ਕੋਈ ਵੀ ਨਿੱਘੀ ਸਹਾਇਤਾ ਤਾਂ ਦਿੱਤੀ ਨਹੀਂ ਗਈ ਸਰਕਾਰ ਵੱਲੋਂ ਜੀ। ਬਾਕੀ ਜਿਵੇਂ ਕੋਈ ਜ਼ਿਮੀਂਦਾਰ ਛੋਟੇ ਆ ਜੀ, ਸਾਰੇ ਕੋਈ 2 ਕਿੱਲੇ ਵਾਲਾ ਜਾਂ 2.5 ਕਿੱਲੇ ਵਾਲਾ ਇੰਨਾ ਕੀ ਹੈਗਾ ਜੀ। ਬਾਕੀ ਕੋਈ ਵੇਖ ਲਓ ਜੀ, ਪਸ਼ੂਆਂ ਤੋਂ ਗੁਜ਼ਾਰਾ ਚੱਲਦਾ, ਦੁੱਧ ਤੋਂ ਵੇਚ ਲਿਆ, ਜਾਂ ਕੋਈ ਛੋਟੀ ਮੋਟੀ ਨੌਕਰੀ ਦੇ ਕਰ ਲਈ ਸ਼ਹਿਰ ਜਾ ਕੇ, ਬਸ ਐਂ ਗੁਜ਼ਾਰਾ ਚੱਲਦਾ ਜੀ। ਬਾਕੀ ਕੋਈ ਪੱਕਾ ਹੈ ਨਹੀਂ, ਜਾਂ ਸਾਨੂੰ ਕੋਈ ਨੌਕਰੀਆਂ ਦਿੱਤੀਆਂ ਜਾਂ ਕੋਈ ਸਰਕਾਰ ਨੇ ਕੋਈ ਮਾੜੀ ਮੋਟੀ ਵੀ ਨੌਕਰੀ ਦਿੱਤੀ ਹੁੰਦੀ, ਹੋਰ ਨਹੀਂ ਕਿਸੇ ਤੋਂ ਮਾੜੇ ਮੋਟੇ ਬੱਚਿਆਂ ਨੂੰ ਜ਼ਿਆਦਾ ਵੱਡੀ ਨੌਕਰੀ ਨਹੀਂ ਸੀ ਦੇ ਸਕਦੇ। ਅਤੇ ਸਕੂਲਾਂ ਦੇ ਵਿੱਚ 84 ਤੌਰ ਹੀ ਨੌਕਰੀ ਦਿੱਤੀ ਜਾਂਦੀ, ਫਿਰ ਵੀ ਸਾਡਾ ਕੋਈ ਜੂਨ ਗੁਜ਼ਾਰੇ ਦਾ ਹੈਗਾ ਸੀ। ਪਰ ਨਹੀਂ, ਸਾਡੇ ਲਾਗੇ ਕੋਈ ਸਰਕਾਰਾਂ ਨੇ ਲਾਰੇ ਬਥੇਰੇ ਲਾਏ, ਪਰ ਪੰਜਾਬ ਇੱਥੇ ਬੱਚੇ ਪੜ੍ਹੇ ਵੀ ਆ, ਪਰ ਨਹੀਂ ਕੋਈ ਸਹੂਲਤ ਨਹੀਂ, ਕਿਸੇ ਜਵਾਕ ਨੂੰ ਕੋਈ ਨੌਕਰੀ ਨਹੀਂ ਮਿਲੀ, ਬਸ ਵੀ ਇਸੇ ਤਰ੍ਹਾਂ ਹੀ ਟਾਈਮ ਪਾਸ ਹੁੰਦਾ ਜੀ। ਬੇਸ਼ੱਕ ਹਰੇਕ ਸਰਕਾਰ ਆਉਂਦੀ ਹੈਗੀ ਆ, ਸਰਕਾਰ ਜਿਹੜੀ ਕਿਸਾਨੀ ਸੁਸਾਇਟੀ ਜਾਂ ਪਿੰਡਾਂ ਦੇ ਲੋਕ ਭਲਵਾਈ ਦੀਆਂ ਗੱਲਾਂ ਕਰਦੀ ਹੈਗੀ, ਪਰ ਹੁਣ ਜੇ ਲੱਗਦਾ ਵੀ ਸੇਮ ਨਾਲ ਜਿਹੜਾ ਤੁਸੀਂ ਕਿੰਨਾ ਕੁ ਪ੍ਰਭਾਵਿਤ ਹੋ ਰਿਹਾ, ਕਿਵੇਂ ਗੁਜ਼ਾਰਾ ਕਿਵੇਂ ਚੱਲਦਾ? ਗੁਜ਼ਾਰਾ ਤਾਂ ਇਹ ਆ ਜੀ, ਦੁੱਧ ਵੇਚ ਕੇ ਕਰ ਰਹੇ ਹਾਂ ਜੀ। ਅੱਗੇ ਵੀ ਤੁਹਾਨੂੰ ਦੱਸਿਆ, ਜਿਵੇਂ ਵੀ ਮੰਨ ਲਓ ਦੁੱਧ ਵੇਚਤਾ, ਜਾਂ ਮੰਨ ਲਓ ਸ਼ਹਿਰ ਦੇ ਵਿੱਚ ਕੋਈ ਨਿੱਕੀ ਮੋਟੀ ਨੌਕਰੀ 'ਤੇ ਜਾਂ ਕਿਸੇ ਫੀਡ ਵਾਲੀ ਦੁਕਾਨ 'ਤੇ ਜਾਂ ਕਿਸੇ ਵੀ ਦੁਕਾਨਾਂ 'ਤੇ ਲੱਗ ਕੇ ਆਪਦਾ ਟਾਈਮ ਪਾਸ ਹੁੰਦਾ, ਜਾਂ ਕੋਈ ਕਨੈਂਟਰ ਜਾਂ ਕੋਈ ਡਰਾਈਵਰ ਇੱਥੋਂ ਲੱਗੇ ਪ੍ਰਾਈਵੇਟ ਕੰਪਨੀਆਂ 'ਚ, ਬਸ ਇਹ ਹੀ ਹੈ ਵੀ ਆਪਦਾ ਟਾਈਮ ਪਾਸ ਕਰੀਦਾ ਜੀ। ਹੋਰ ਤਾਂ ਕੀ ਹੈ ਜੀ, ਮਾੜੇ ਟਾਈਮ ਦੇ ਵਿੱਚ ਤਾਂ ਕੋਈ ਵੀ ਨਹੀਂ ਲਾਗੇ ਲੱਗਦਾ, ਚੰਗੇ ਟਾਈਮ ਦੇ ਵਿੱਚ ਹਰ ਕੋਈ ਲਾਗੇ ਲੱਗਦਾ ਜੀ। ਵੋਟਾਂ 'ਤੇ ਲੈਣ 'ਤੇ ਮੌਕੇ 'ਤੇ ਹਰ ਕੋਈ ਪਹੁੰਚ ਜਾਂਦਾ, ਪਰ ਸਾਡਾ ਕੰਮ ਕੋਈ ਨਹੀਂ ਕਰਦਾ ਜੀ। ਕੀ ਤੁਹਾਡਾ ਨਾਂ, ਕੀ ਕਹਿਣਾ ਚਾਹੋਗੇ ਵੀ ਸੇਮ ਨਾਲ ਪ੍ਰਭਾਵਿਤ ਇਸ ਪਿੰਡ ਦੇ ਵਿੱਚ ਕੀ ਹਾਲਾਤ? ਮੇਰਾ ਨਾਂ ਕੁਲਦੀਪ ਸਿੰਘ ਹੈ, ਸਾਨੂੰ ਮੇਅਰ ਸਿੰਘ ਹੈ ਜੀ ਜੀ। ਮੈਂ 12 ਪਲੱਸ 2 ਕੀਤੀ ਹੈ ਜੀ, ਕੋਈ ਸਾਨੂੰ ਨੌਕਰੀ ਨਹੀਂ ਮਿਲ ਰਹੀ ਜੀ ਸਰਕਾਰ ਵੱਲੋਂ, ਨਾ ਕੋਈ ਹੋਰ ਸਹੂਲਤ ਮਿਲ ਰਹੀ ਹੈ ਜੀ। ਅੱਜ ਕੱਲ੍ਹ ਲੋਕ ਬਾਹਰ ਤੁਰੇ ਅਸੀਂ ਤਾਂ ਬਾਹਰ ਜਾਣ ਜੋਗੇ ਵੀ ਨਹੀਂ ਹੈਗੇ ਜੀ, ਕਿਉਂਕਿ ਛੋਟੇ ਜ਼ਿਮੀਂਦਾਰ ਹੈ, 2-2.5 ਕਿੱਲਿਆਂ ਦੀ ਜ਼ਮੀਨ ਹੈ ਸਾਡੀ ਜੀ। ਲਾਗੇ ਕੋਈ ਨਾ ਕੋਈ ਫੈਕਟਰੀ ਹੈ, ਨਾ ਕੋਈ ਕੁਛ ਲੈਣ ਨਹੀਂ ਦੇਖ ਹੈ ਨਹੀਂ ਜੀ, ਨਾ ਇੱਥੇ ਕੋਈ ਬਿਨਾਂ ਜਾ ਸਕਦਾ ਕੋਈ, 15-20 ਕਿਲੋਮੀਟਰ ਸਾਡੇ ਸ਼ਹਿਰ ਹੈ। ਮੈਨੂੰ ਸ਼ਹਿਰ ਦੇ ਵਿੱਚ ਵੀ ਜਾਣਾ ਔਖਾ ਹੋ ਜਾਂਦਾ ਵੀ ਉੱਥੇ ਇੱਧਰੋਂ ਆਉਣਾ ਜਾਣਾ ਪ੍ਰਬੰਧ, ਕੋਈ ਫੈਕਟਰੀ ਹੈ ਨਹੀਂ ਜੀ। ਅਤੇ ਮਾਲ ਪਸ਼ੂ ਰੱਖ ਕੇ ਕੋਈ ਨਾ ਕੋਈ ਕੋਈ 2 ਡੰਗਰ ਰੱਖ ਕੇ ਕੋਈ ਦਾ ਗੁਜ਼ਾਰਾ ਕਰ ਰਹੇ ਹਾਂ ਜੀ, ਅਤੇ ਵੀ ਬਹੁਤ ਜ਼ਿਆਦਾ ਔਖਾ ਹੈ ਜੀ। ਅਤੇ ਕਿੰਨੀਆਂ ਕੁ ਫਸਲ ਮਤਲਬ ਕਿੰਨੀ ਕੁ ਹੋ ਜਾਂਦੀ ਹੈ ਸੇਮ ਵਾਲੇ ਏਰੀਏ 'ਚ, ਕੀ ਕਿਵੇਂ ਲੱਗਦਾ? ਫਸਲ ਏਰੀਆ ਹੁੰਦਾ ਨਹੀਂ, ਝੋਨਾ ਹੁੰਦਾ ਸੀ ਮਾੜਾ ਮੋਟਾ ਜੀ, ਉਹ ਵੀ ਹੈ ਕਿ ਮੀਂਹ ਨੇ ਕਣਕ ਤਾਂ ਜਮੇ ਨਹੀਂ ਹੁੰਦੀ ਜੀ, ਜਦੋਂ ਕਿ ਥੱਲੇ ਸਲਾਬ ਆ ਜਾਂਦੀ, ਪਾਣੀ ਆ ਜਾਂਦਾ ਜੀ, ਅਤੇ ਬਹੁਤ ਔਖਾ ਹੋਇਆ ਪਿਆ ਜੀ। ਅਤੇ ਕੋਈ ਸੇਮ ਵਾਲਾ ਕੋਈ ਪੱਕਾ ਮਾਜਬਾ ਨਹੀਂ ਵੱਧਾ ਹੋਇਆ ਜੀ, ਕੋਈ ਇਹਨੂੰ ਕੋਈ ਵੀ ਸਾਲ ਪੋ 6 ਮਹੀਨਿਆਂ ਦਾ ਕੋਈ ਮਿਲ ਜੇ ਕੋਈ ਜੀ। ਅਤੇ ਇਹਦੇ ਨਾਲ ਤਾਂ ਮਕਾਨਾਂ ਦਾ ਵੀ ਕਾਫੀ ਨੁਕਸਾਨ ਹੋ ਜਾਂਦਾ। ਹਾਂ, ਮਕਾਨ ਤੁਸੀਂ ਦੇਖ ਹੀ ਲਓ ਤੁਹਾਡੇ ਸਾਹਮਣੇ ਜੀ, ਕਿੰਨੀ ਸਲਾਬ ਚੜ੍ਹੀ ਮਕਾਨਾਂ ਨੂੰ, ਕਈਆਂ ਦੇ ਘਰ ਵੀ ਵਿਚਾਰਦੇ ਵੀ ਡਿੱਗੇ ਪਏ, ਪਾਣੀ ਲੱਗੇ ਪਏ ਜੀ, ਅਤੇ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਜੀ। ਬਾਈ ਕੀ ਤੁਹਾਡਾ ਨਾਂ, ਕੀ ਕਹਿਣਾ ਚਾਹੋਗੇ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਪਿੰਡ ਦੇ ਵਿੱਚ ਰਹਿੰਦਿਆਂ, ਕਦੋਂ ਤੋਂ ਸੇਮ ਆਈ ਹੈਗੀ ਅਤੇ ਸੇਮ ਨਾਲ ਕੀ ਹਾਲਾਤ ਕੀ ਬਣੇ ਹੋਏ? ਸਾਨੂੰ ਜੀ ਇੱਥੇ ਰਹਿੰਦਿਆਂ ਨੂੰ, ਅਸੀਂ ਸਨ 47 ਤੋਂ 48 ਤੱਕ ਅਸੀਂ ਇੱਥੇ ਆਏ ਹਾਂ, ਅਤੇ 36 ਸਾਲ ਹੋ ਗਏ ਸੇਮ ਆਈ ਨੂੰ। ਹੁਣ ਤਾਂ ਸਾਡੇ ਬੱਚਿਆਂ ਨੂੰ ਰਿਸ਼ਤਾ ਵੀ ਕੋਈ ਨਹੀਂ ਕਰਦਾ, ਲੜਕੀ ਦਾ ਕਰਨਾ ਆ ਅਤੇ ਲੋਕ ਕਹਿੰਦੇ ਵੀ ਇਹਨਾਂ ਦੇਣਾ ਕੁਛ ਨਹੀਂ, ਅਤੇ ਜੇ ਅਸੀਂ ਮੁੰਡੇ ਦਾ ਕਰਨਾ ਹੁੰਦਾ ਆ ਉਹ ਸੋਚਦੇ ਸਾਡੀ ਕੁੜੀ ਖਾਊਗੀ ਕੀ। ਇੱਥੋਂ ਤੱਕ ਸਾਡੇ ਹਾਲਾਤ ਹੋਏ ਪਏ ਨੇ, ਕੋਈ ਸਾਡੇ ਕੋਲ ਸੁੱਖ ਸਾਧਨ ਨਹੀਂ ਗਾ, ਅਤੇ ਲੋਕ ਬਹੁਤ ਔਖਾ ਗੁਜ਼ਾਰਾ ਕਰ ਰਹੇ। ਕਿੰਨਾ ਕੁ ਏਰੀਆ ਹੁਣ ਜਿਹੜਾ ਸੇਮ ਨਾਲ ਪ੍ਰਭਾਵਿਤ ਹੈ, ਕਿੰਨੇ ਕੁ ਕਿਸਾਨ ਆ ਜਿਹੜੇ ਸੇਮ ਨਾਲ ਕਰਕੇ ਜ਼ਮੀਨ ਤੋਂ ਬੇਘਰ ਹੋ ਚੁੱਕੇ? ਕੋਈ 200 ਘਰ ਹੈ ਆ ਵੀ ਜਿਹੜੇ
सेम तो बड़े ज़्यादा प्रभावित ने। कई तो छड़ के बेचारे चले गए ने, यूपी वगैरह जां होर किते चले गए ने, छड़ के चले गए ने इत्थों। भी जदों वेखी जू जदों किते बन गईआं पैलियां उदों आ जावांगे। जे इस तरह हालात बने रहेंगे तो आने वाले समय के पिंड के की हालात रहने? हालात तो इदों भी ज़्यादा बदतर हो जाएंगे। ਹਾਂਜੀ ਬਾਬਾ ਜੀ, ਕੀ ਤੁਹਾਡਾ ਨਾਂ ਅਤੇ ਕੀ ਕਹਿਣਾ ਚਾਹੋਗੇ ਸੇਮ ਨਾਲ? ਗੁਰਨਾਮ ਸਿੰਘ ਜੀ, ਗੁਰਨਾਮ ਸਿੰਘ ਨਾਂ। ਕਿੱਥੋਂ ਦੀ ਤੁਸੀਂ ਰਹਿਣ ਵਾਲੇ ਹੋ ਅਤੇ ਕਿੱਥੇ ਇੱਥੇ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ? ਅਸੀਂ ਨਿਖੜੇ ਤੋਂ ਆਏ ਹਾਂ ਅਤੇ ਇੱਥੇ ਸਾਨੂੰ 4 ਸਾਲ ਹੋ ਚੱਲੇ ਆਏ ਨੂੰ। ਉੱਥੇ ਵੀ ਇਹੋ ਹਾਲ ਸੀ ਸੇਮ ਦਾ, ਅਤੇ ਇੱਥੇ ਵੀ ਇੱਥੇ ਆ ਅਤੇ ਇੱਥੇ ਵੀ ਇਹੋ ਵਾਲੇ, ਇੱਥੇ ਤੋਂ ਜਾ ਰਹੇ ਉੱਥੇ ਲਾਉਣੋਂ। ਕਿੰਨੀ ਕੁ ਜ਼ਮੀਨ ਹੈਗੀ ਹੈ ਜਿਹੜੀ ਤੁਹਾਡੀ ਸੇਮ ਨਾਲ ਪ੍ਰਭਾਵਿਤ ਆ ਸੇਮ ਦੇ ਵਿੱਚ? ਬਸ 2 ਕੀ, 2 ਟੁੱਟ ਕਿਲਾ ਹੀ ਆ। ਕੀ ਹਾਲਾਤ ਕੀ ਹੈ, ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ? ਪਰ ਇੱਦਾਂ ਹੀ ਆ ਜੀ, ਹੋਰ ਕਿਤੇ ਵੱਡਾ ਸ਼ਹਿਰ ਚੱਲ ਜਾਂਦਾ, ਉਹ ਉੱਥੋਂ ਆਪਦੇ ਦਰ ਪੇ ਕਮਾ ਲਿਆਉਂਦਾ। ਇਸੇ ਤਰ੍ਹਾਂ ਜਿਵੇਂ ਕਿ ਦੂਜੇ ਅੰਕਲ ਨੇ ਗੱਲ ਕੀਤੀ ਹੈਗੀ ਹੈ ਵੀ ਰਿਸ਼ਤਿਆਂ ਦੀ ਗੱਲ ਕੀਤੀ, ਹਾਂ ਰਿਸ਼ਤੇ ਵੀ ਆਮ ਲੋਕ ਕਹਿ ਰਹੇ ਹੈਗੇ ਵੀ ਜ਼ਮੀਨ ਨੂੰ ਰਿਸ਼ਤਾ ਹੁੰਦਾ ਵੀ ਜੇਕਰ ਜ਼ਮੀਨ, ਪਰ ਜ਼ਮੀਨ ਤਾਂ ਜਿਹੜੀ ਨਾ ਮਾਤਰ ਜ਼ਮੀਨ ਰਹਿ ਗਈ, ਨਾ ਮਾਤਰ ਹੀ ਨਾ ਮਾਤਰ। ਕੀ ਰਿਸ਼ਤਿਆਂ ਦੇ ਕੀ ਹਾਲਾਤ ਹਨ? ਨਹੀਂ ਜੀ, ਰਿਸ਼ਤਾ ਵੀ ਹੈ ਨਾ ਬਹੁਤ ਔਖਾ। ਅਗਲਾ ਆਖਣਗੇ ਇੱਥੇ ਹੈ ਕੀ ਆ, ਖਾਣਗੇ ਕੀ ਜੀ ਸਾਡੇ? ਹਾਂਜੀ।